सत श्री अकाल दोस्तों, की हाल है? ठीक ठाक हो भाई? बहुत नजारा आ रहा है चुनाव लड़न का, और रोजाना वाहिगुरु की बहुत अपार कृपा हो रही है, बहुत अपार कृपा हो रही है। तुसी अंदाजा ला सकते हो कि किवें अकाली दल डरिया हुआ है, किवें अकाली दल डरिया हुआ है। रोज सुखबीर सिंह बादल, मैनू तो लगता लूज मोशन लगे हुए सुखबीर सिंह बादल नू, क्यों राजे वड़िंग तो बिना होर कोई हलका दिखता नहीं है। ते जे नहीं राजे वड़िंग तो घबराई जाना है मेरे भाई, ते आप ही चोन लड़ लेनी सी। और भरा मेरे, मैं पहला भी कहा सी कि इन्ना वेला हो गया है कि कल फिर आया सी गिदड़ बे सरदार सुखबीर सिंह बादल, ते एक बहुत वड्डे लीडर नू पार्टी ज्वाइन करा के गया, जेड़ा 20 दिन पहला कैप्टन अमरिंदर सिंह दी पार्टी ज्वाइन करके आया सी। ते सारे गिदड़बा नू पता है कि रघुबीर सिंह प्रधान 10 साल उन्हें राजे वड़िंग दी मदद नहीं की, 10 साल ते उन्हूं ज्वाइन करके अपने आप नू क्यों गुमराह कर रहे हैं? ते कौन सलाहकार है जेड़े ये कह रहे हैं कि तू बहुत वड्डा तुसी तीर मार के आए हो कि रघुबीर प्रधान नू ज्वाइन कराउणा मतलब मैनू कोई फर्क नहीं है, ਉਹ ਤੁਹਾਡੀ ਰੈਪੂਟੇਸ਼ਨ ਨੂੰ ਫਰਕ ਹੈ। ਲੋਕ ਇਹ ਕਹਿੰਦੇ ਇਹ ਤਾਂ ਪਹਿਲਾਂ ਹੀ ਜੁਆਇਨ ਸੀ, ਰੋਜ਼ ਤਾਂ ਪ੍ਰਕਾਸ਼ ਸਿੰਘ ਬਾਦਲ ਨਾਲ ਇਹਦੀਆਂ ਫੋਟੋਆਂ ਵੀ ਸੀ, ਅਮਰਿੰਦਰ ਸਿੰਘ ਨਾਲ ਇਹਦੇ ਤੇ ਗਾਣਾ ਬਣਾਤਾ ਲੋਕਾਂ ਨੇ, ਤੇਰਾ ਯਾਰ ਤਿਤਲੀਆਂ ਵਰਗਾ ਕਦੇ ਉਸ ਫੁੱਲ ਤੇ ਕਦੇ ਉਸ ਫੁੱਲ ਤੇ। ਸੋ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਬੇਸ਼ੱਕ ਹੁਣ ਤੁਸੀਂ ਸਾਰੇ ਬਾਦਲ ਇਕੱਠੇ ਹੋ ਗਏ ਹੋ, ਪਰ 100 ਬਾਦਲ ਹੋਰ ਇਕੱਠੇ ਹੋ ਜਾਓ ਫਿਰ ਵੀ ਰਾਜੇ ਵੜਿੰਗ ਦਾ ਬਾਲ ਬਾਂਕਾ ਨਹੀਂ ਕਰ ਸਕਦੇ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਿੰਨੇ ਬਾਦਲ ਇਕੱਠੇ ਹੋਣਗੇ ਉਹਨਾਂ ਰਾਜਾ ਵੜਿੰਗ ਜ਼ਿਆਦਾ ਵੋਟਾਂ ਨਾਲ ਜਿੱਤੂਗਾ। ਔਰ ਮੇਰੀ ਬੇਨਤੀ ਹੈ, ਅਜੇ 7 ਦਿਨ ਹੋਰ ਪਏ ਹੈ ਵੋਟਾਂ ਚ, 3-4 ਗੇੜੇ ਮੇਰਾ ਭਰਾ ਹੋਰ ਮਾਰ ਤੇ ਰਾਜਾ ਵੜਿੰਗ ਓਨੀ ਵੱਡੀ ਲੀਡ ਨਾਲ ਜਿੱਤੂਗਾ। ਤੇ ਮੈਂ ਇਹ ਬੇਨਤੀ ਕਰਾਂਗਾ ਕਿ ਹੋਰ ਵੀ ਸਾਡੇ ਕੋਲ ਬੰਦੇ ਹੈਗੇ ਆ ਕਈ ਜੁਆਇਨ ਕਰਨ ਵਾਲੇ, ਉਹ ਭੇਜ ਦਿੰਦੇ ਆ ਤੁਹਾਡੇ ਵੱਲ ਜਿਹੜਾ ਮਾਲ ਚਾਹੀਦਾ। ਜੇ ਇਹੋ ਜਿਹੇ ਮਾਲ ਨਾਲ ਹੀ ਸੁਖਬੀਰ ਸਿੰਘ ਬਾਦਲ ਖੁਸ਼ ਹੋ ਰਿਹਾ ਹੈ ਕਿ ਬਹੁਤ ਹੀਰਾ ਪੱਟ ਕੇ ਲੈ ਗਏ, ਫੀਡਬੈਕ ਤਾਂ ਲੈ ਲਾ। ਐਡਾ ਐਡਾ ਭਰਾ ਮੇਰਿਆ, ਐਡਾ ਵੱਡਾ ਲੀਡਰ ਰਿਹਾ ਹੈ ਤੇ ਆਪਣੇ ਬੰਦੇ ਫੀਡਬੈਕ ਨਹੀਂ ਕੋਈ ਦਿੰਦੇ? ਸੋ ਜਿਹੜੀ ਭਰਾਵਾਂ ਭਰਾਵਾਂ ਦੀ ਯਾਰੀ ਪਈ ਹੈ ਨਾ ਨਵੀਂ, ਇਸੇ ਯਾਰੀ ਨੇ ਰਾਜੇ ਵੜਿੰਗ ਨੂੰ ਜਿਤਾਉਣਾ। ਜਿਹੜੇ ਮੇਰੇ ਨਾਲ ਗੁੱਸੇ ਗਿਲੇ ਸੀਗੇ ਲੋਕਾਂ ਦੇ, ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਬਾਦਲ ਵਾਲੇ ਇਕੱਠੇ ਹੋ ਗਏ ਹੈ ਤੇ ਰਾਜੇ ਵੜਿੰਗ ਨੂੰ ਇੱਕ ਸਧਾਰਨ ਪਰਿਵਾਰ ਦੇ ਮੁੰਡੇ ਨੂੰ ਰੋਕਣਾ ਚਾਹੁੰਦੇ ਹੈ ਵੀ ਅਗਰ ਇਹ ਨਾ ਰੁਕਿਆ ਤਾਂ ਕਿਤੇ ਸਾਡੇ ਘਰ ਤੱਕ ਨਾ ਪਹੁੰਚੇ। ਪਹੁੰਚਣਾ ਤਾਂ ਹੈਗਾ, ਇਸ ਤੋਂ ਬਾਅਦ ਬਾਈ ਤਿਆਰ ਹੋ ਜਾ, ਆਪਾਂ ਫੇਰ ਲੜਨਾ। 2024 ਆਉਣ ਵਾਲਾ, ਮਾਰਚ ਤੋਂ ਬਾਅਦ 1.5-2 ਸਾਲ ਰਹਿ ਗਿਆ, ਫਿਰ ਪਾਰਲੀਮੈਂਟ ਦੀਆਂ ਚੋਣਾਂ ਲੜਨਾ, ਸਾਡੀ ਆਦਰਨੀ ਹਰਸਿਮਰਤ ਕੌਰ ਬਾਦਲ ਜੀ ਨਾਲ ਦੁਬਾਰੇ ਚੁਣਾਵ, ਤੇ ਤਿਆਰੀ ਰੱਖਿਓ ਤੇ ਦੱਬ ਕੇ ਜ਼ੋਰ ਲਾ ਲਿਓ। ਇਹ ਨਾ ਹੋਵੇ ਜ਼ੋਰ ਚ ਕਮੀ ਰਹਿ ਗਏ, ਜੇ ਨੱਪੀ ਦਾ ਤਾਂ ਨੱਪ ਲਾ ਬਾਈ, ਨਹੀਂ ਤਾਂ ਆ ਗਿਆ 2024, ਇਦੂ ਬਾਅਦ ਵਾਰੀ ਤੇਰੀ ਹੈ। ਸੋ ਕੋਈ ਪਰਵਾਹ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਦੱਬ ਕੇ। ਕੱਲ ਮੈਨੂੰ ਕਿਸੇ ਨੇ ਦੱਸਿਆ ਜਦੋਂ ਆਪਣਾ ਦੋਸਤੋ ਉੱਥੇ ਜਲਸਾ ਹੋ ਰਿਹਾ ਸੀ ਤੇ ਧੌਣਾ ਮੋੜ ਮੋੜ ਕੇ ਕਾਰ ਚੋਂ ਵੇਖਦਾ ਸੀ ਮੇਰਾ ਭਰਾ, ਤੋ ਕੋਈ ਗੱਲ ਨਹੀਂ। ਮੈਨੂੰ ਪਤਾ ਬੱਸਾਂ ਫੜੀਆਂ ਦਾ ਗੁੱਸਾ ਹੈ ਮੇਰੇ ਭਰਾ ਨੂੰ ਕਿ ਬੱਸਾਂ ਬਹੁਤ ਫੜੀਆਂ ਮੇਰੀਆਂ, ਪਰ ਇੰਨਾ ਵੀ ਨਹੀਂ ਗੁੱਸਾ ਕਰਦੇ ਤੂੰ, ਤੁਸੀਂ ਵੀ ਤਾਂ ਲੋਕਾਂ ਦੀਆਂ ਬਹੁਤ ਬੱਸਾਂ ਫੜੀਆਂ ਯਾਰ, ਕੋਈ ਛੱਡਿਆ ਹੀ ਨਹੀਂ ਗਾ ਲੋਕਾਂ ਨੂੰ ਦਬਾਉਣ ਦੀ ਗੱਲ, ਸਾਡੇ ਵਰਗੇ ਤਾਂ ਤੁਸੀਂ ਕਈ ਦਬਲਣ ਦੀ ਕੋਸ਼ਿਸ਼ ਕੀਤੇ। ਹਾਂ, ਸੋ ਕੋਈ ਗੱਲ ਨਹੀਂ ਯਾਰ, ਇੰਨੇ ਸਾਲਾਂ ਬਾਅਦ, 50 ਸਾਲਾਂ ਬਾਅਦ ਤਾਂ ਕਿਸੇ ਨੇ ਬੱਸ ਫੜੀ ਹੈ, ਇੰਨਾ ਕਾਹਨੂੰ ਗੁੱਸਾ ਕਰਦੇ ਮੇਰੇ ਬਾਈ। ਸੋ ਦੱਬ ਕੇ ਜ਼ੋਰ ਲਾ ਲਓ ਤੇ ਰਾਤ ਨੂੰ ਮੀਟਿੰਗ ਕਰ ਲਿਓ ਸਾਰੇ ਭਰਾ ਇਕੱਠੇ ਹੋ ਕੇ ਵੀ ਕਿਵੇਂ ਹਰਾਉਣਾ, ਜਿਵੇਂ ਰੋਜ਼ ਵਿਉਂਤ ਬਣਾਉਣੇ ਆ ਨਾ ਕਿ ਮੈਂ ਤੇਰੀ ਉੱਥੇ ਮਦਦ ਕਰ ਦਿੰਦਾ, ਤੂੰ ਮੇਰੀ ਇੱਥੇ ਕਰ ਦੇ। ਇਹ ਜਨਤਾ ਬਾਈ ਜਾਣ ਚੁੱਕੀ ਹੈ ਤੇ ਲੰਬੀ ਚ ਵੀ ਠੋਕਣਾ ਤੁਹਾਨੂੰ, ਤੇ ਜਿੱਥੇ ਜਿੱਥੇ ਬਾਦਲ ਲੜਨਗੇ ਉੱਥੇ ਉੱਥੇ ਬਾਦਲਾਂ ਨੂੰ ਜਨਤਾ ਭਜਾਊਗੀ। ਤੇ ਮੇਰੀ ਬੇਨਤੀ ਹੈ ਜਿੱਥੇ ਜਿੱਥੇ ਬਾਦਲ ਲੜੇ ਉੱਥੇ ਉੱਥੇ ਬਾਦਲਾਂ ਨੂੰ ਭਜਾਓ, ਜੇ ਪੰਜਾਬ ਬਚਾਉਣਾ, ਜੇ ਪੰਜਾਬ ਬਚਾਉਣਾ ਉੱਥੇ ਉੱਥੇ ਬਾਦਲਾਂ ਨੂੰ ਭਜਾਓ। ਤੇ ਮਿਲਦੇ ਹਾਂ ਸਰਦਾਰ ਸੁਖਬੀਰ ਸਿੰਘ ਬਾਦਲ, 2024 ਚ ਫਿਰ ਲੜਾਂਗੇ ਤੁਹਾਡੇ ਨਾਲ ਚੁਣਾਵ, ਤੇ ਉਡੀਕੂੰਗਾ ਕਿ ਨੈਕਸਟ ਗਿੱਦੜਬਾ ਕਦੋਂ ਆ ਰਹੇ ਹੋ ਤੇ ਕਿਹੜੀ ਤੋਪ ਨੂੰ ਰਲਾ ਰਹੇ ਹੋ। ਮੈਂ ਤਾਂ ਪਿਛਲੀ ਵਾਰੀ ਵੀ ਕਿਹਾ ਸੀ
कि जां तां भाई मेरा इन्ना वेला हो गया कि उन्हूं होर कोई ज्वाइन ही नहीं करता और रघुबीर प्रधान नूं ज्वाइन कराउणा है, ते जां डरे ही इन्ना बैठा भी यार ये मुंडा ना जित जे मुड़ के फिर की बनूगा। सो कोई गल नहीं, रब राखा साडा। किसी ने लिखा चढ़दे सूरज ढलदे वेखे, बुझदे दीवे बलदे वेखे, जिन्हां दा ना रब ते कोई जग ते कोई ओह भी पुत्तर पलदे वेखे, तेरी रहमत दे सदका बंदे पानी उत्ते चलदे वेखे। लोकी कहंदे दाल ना गलदी, मैं तां पत्थर भी गलदे वेखे, मैं तां पत्थर भी गलदे वेखे। सत श्री अकाल, जय हिंद, जिउंदे रहो, ध्यान रखियो। और दोस्तों मैनू जिथे मर्जी टंग के मार दियो, लेकिन बादलों तो मैनू मरन ना दियो। जो ये गल थोड़ी है, थोड़ी जिद है, थोड़े पंजाब दा गरूर है, बादलों तो ना मैनू मरन दियो। जो मैनू चुराहे ते चढ़ा के गोली मार दियो, लेकिन बादल ये कट्ठे होके बादल थोड़े भरा नू मारना चाहुंदे है। सो मेरी हाथ जोड़ के थोनू बेनती है, इस गल ते पहरा दे दियो ते डट जाओ। जे किसी नू गुस्सा गिला थोड़े भरा नाल है ना, ते चौंक च खड़ के ला लियो। जो मैं थोड़ा गुलाम बन सकदा, मैं थोड़े चरणा दे थले पई मिट्टी चक के आपदे मत्थे ना ला सकदा, क्योंकि तुसी मैनू इथों तक पहुंचाउण वाले हो। लेकिन बादरां तुहाडा मैनू मरन दियो। जो मेरी यही थोनू बेनती है, जिउंदे रहो, फिर मिलदे इक दे दिन च। सत श्री अकाल, चक दियो फट्टे। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक, इन्हां चोरा ठगा तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटिया विच समाधान। फ्री 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 मियां रफीक मोहम्मद, मोबाइल 84374 94 46 84374 94 648। वर्ल्ड फेमस बाबा सलीम खान, एक बार गोल्ड मेडलिस्ट। सारिया थामा तो निराश अते मायूस होने वाले, एक बार फोन जरूर करो, जिवें चाहोगे ओवें होएगा। इट्स माय प्रॉमिस, इमीडिएटली रिजल्ट। ओपन चैलेंज, इल्मा दे माहिर, ए टू जेड समस्यावां दा फोन ते घर बैठे करवाओ हल। वशीकरण अते मुठकरनी, लव मैरिज, सौतन अते दुश्मन तो छुटकारा, पक्का काम पक्का हल, 101% गारंटी, अष्टाम पेपर समेत, सब तो पहला काम करन दा वादा, नौकरी प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जां दुटोना, मनमोहणी वशीकरण करवाओ जां तुड़वाओ, रुसे नूं मनाओ। हुणे कॉल करो बाबा सलीम खान, 98199 37467।